ਲੱਭ ਹੀ ਗਿਆ ਸਿੱਖਾਂ ਦਾ ਗੁਪਤ ਕਿਲ੍ਹਾ, ਜਿੱਥੇ ਦਿਨੇ ਸੋ ਰਾਤੀ ਕਰਦੇ ਸੀ ਕੰਮ। ਕਿਲ੍ਹੇ ਤੋਂ ਅੱਜ ਵੀ ਦਿਸਦਾ ਪਾਕਿਸਤਾਨ ਦੇ ਲਾਹੌਰ ਸ਼ਹਿਰ ਦਾ ਨਜ਼ਾਰਾ। ਇੱਕ ਲਾਹੌਰ ਨਜ਼ਰ ਆ ਜਾਂਦਾ ਉੱਥੇ ਦੂਰਬੀਨ ਦੇ ਨਾਲ। ਦੂਰਬੀਨ ਦੇ ਨਾਲ, ਹਾਂਜੀ ਠੀਕ ਹੈ ਠੀਕ। ਬੰਦੇ ਵੀ ਉੱਥੇ ਨਜ਼ਰ ਆ ਜਾਂਦੇ, ਛੋਟੇ ਛੋਟੇ ਚੱਲਦੇ ਚੱਲਦੇ ਨਜ਼ਰ ਤੁਹਾਨੂੰ ਹੋਣ। ਦੇਖ ਲਓ ਜੀ, ਦੂਰਬੀਨ ਲਗਾ ਕੇ ਲਾਹੌਰ ਦਿਖਦਾ। ਤਾਂ ਤੁਸੀਂ ਜਾ ਕੇ ਸਰਚ ਮਾਰੋ ਹਾਂ, ਬਾਕੀ ਦਿਖਦਾ ਕਿ ਨਹੀਂ ਦਿਖਦਾ। ਦੂਰਬੀਨ ਹੈ ਤੁਹਾਡੇ ਕੋਲ? ਨਹੀਂ ਹੈਗੀ। ਹੋਰ ਇੱਥੇ ਸਿੰਘਾਂ ਦਾ ਰਾਜ ਸਾ ਕਹਿੰਦੇ, ਉਹਨਾਂ ਦੇ ਬਾਰੇ 'ਚ ਬਣਿਆ। ਦਿਨੇ ਉਹਨਾਂ ਸੋਹਣਾ ਹੁੰਦਾ, ਰਾਤ ਨੂੰ ਕੰਮ ਕਰਦਾ ਹੁੰਦਾ। ਸਿੰਘਾਂ ਦਾ ਰਾਜ ਹੋਇਆ, ਸਿੰਘਾਂ ਦਾ। ਹਾਂਜੀ, ਬੜੀ ਮਿਹਨਤ ਕਰਦੇ ਜੀ ਤੁਸੀਂ ਤਾਂ, ਹੈ ਨਾ ਜੀ। ਤੇ ਇੱਦਾਂ ਦਾ ਜੰਗਲ ਆ ਜੀ, ਹਰ ਕੋਈ ਇੱਥੇ ਆਉਣ ਤੋਂ ਪਹਿਲਾਂ ਸੋਚੇਗਾ, ਜਿੱਥੇ ਤੁਸੀਂ ਭੇਡਾਂ ਬੱਕਰੀਆਂ ਚਾਰਦੇ ਪਏ ਆ ਨਾ ਜੀ, ਤੇ ਪਤਾ ਲੱਗਦਾ ਮਿਹਨਤ ਦਾ। ਹੁਣ ਅਸੀਂ ਕਿਲ੍ਹੇ ਦੇ ਅੰਦਰ ਜਾਣ ਵਾਸਤੇ ਰਸਤਾ ਲੱਭ ਰਹੇ ਹਾਂ। ਗੁੱਡ ਮਾਰਨਿੰਗ ਦੋਸਤੋ, PB7 ਰਾਈਡਰ ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ। ਮੈਂ ਹਾਂ ਤੁਹਾਡਾ ਦੋਸਤ ਅਮਿਤਪਾਲ। ਅੱਜ ਅਸੀਂ ਤੁਹਾਨੂੰ ਹੁਸ਼ਿਆਰਪੁਰ ਤੋਂ 45 ਕਿਲੋਮੀਟਰ ਦੂਰ ਹਿਮਾਚਲ ਦੇ ਉਨਾ ਡਿਸਟ੍ਰਿਕਟ ਵਿੱਚ ਲੈ ਕੇ ਜਾ ਰਹੇ ਹਾਂ, ਜਿੱਥੇ ਜੰਗਲਾਂ ਵਿੱਚ ਸਿੰਘਾਂ ਦਾ ਕਿਲ੍ਹਾ ਲੁਕਿਆ ਹੋਇਆ ਆ, ਜਿਹਦੇ ਬਾਰੇ ਮੈਨੂੰ ਨਹੀਂ ਲੱਗਦਾ ਪੰਜਾਬ ਦੇ ਵਿੱਚ ਕਿਸੇ ਨੂੰ ਪਤਾ ਹੋਏਗਾ। ਕਹਿੰਦੇ ਇੱਥੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਵੀ ਕਾਫੀ ਟਾਈਮ ਰਾਜ ਕੀਤਾ। ਚਲੋ ਹੁਣ ਚੱਲਦੇ ਹਾਂ ਇਸ ਕਿਲ੍ਹੇ ਦੇ ਵਿੱਚ, ਉੱਥੇ ਜਾ ਕੇ ਲੋਕਾਂ ਨਾਲ ਗੱਲਬਾਤ ਕਰਾਂਗੇ, ਇਸ ਕਿਲ੍ਹੇ ਬਾਰੇ ਪੂਰੀ ਡਿਟੇਲ 'ਚ ਜਾਣਾਂਗੇ। ਮੈਂ ਤੁਹਾਨੂੰ ਸਭ ਤੋਂ ਮੇਨ ਇਸ ਕਿਲ੍ਹੇ ਦਾ ਦੱਸ ਦਿੰਦਾ, ਇਸ ਕਿਲ੍ਹੇ ਤੋਂ ਦੂਰਬੀਨ ਰਾਹੀਂ ਪਾਕਿਸਤਾਨ ਦਾ ਲਾਹੌਰ ਦਿਸਦਾ ਆ। ਕਹਿੰਦੇ ਕਦੀ ਕਦੀ ਉੱਥੇ ਲੋਕ ਘੁੰਮਦੇ ਹੋਏ ਵੀ ਨਜ਼ਰ ਆਉਂਦੇ ਆ। ਤੁਸੀਂ ਦੇਖ ਲਓ ਕਿੰਨੀ ਹੈਰਾਨੀ ਵਾਲੀ ਗੱਲ ਆ, ਇਹ ਕਿਸ ਤਰ੍ਹਾਂ ਹੋ ਸਕਦਾ ਆ। ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ 'ਤੇ ਨਵੇਂ ਆਉਣ, ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ। ਚਲੋ ਹੁਣ ਚੱਲਦੇ ਹਾਂ, ਅਤੇ ਜਾਂਦੇ ਜਾਂਦੇ ਤੁਹਾਨੂੰ ਵਧੀਆ ਵਧੀਆ ਅਸੀਂ ਵਿਊ ਦਿਖਾਉਂਦੇ ਜਾਣਾ ਆ। ਅਸੀਂ 5 ਮਿੰਟ ਵਾਸਤੇ ਇੱਥੇ ਰੁਕੇ ਹਾਂ, ਅਤੇ ਇੱਥੇ ਬਜ਼ੁਰਗ ਆ ਅਤੇ ਕਾਫੀ ਸਿਆਣੇ ਜਿਹੜੇ ਚਾਹ ਬਹੁਤ ਵਧੀਆ ਬਣਾਉਂਦੇ ਆ। ਮੈਂ ਜਦੋਂ ਵੀ ਮਨਾਲੀ ਜਾਵਾਂ ਜਾਂ ਮੰਡੀ ਜਾਵਾਂ ਤਾਂ ਇੱਥੇ ਰੁਕ ਕੇ ਜਾਂਦਾ ਆ। ਚਲੋ ਚੱਲਦੇ ਹਾਂ। ਹੋਰ ਜੀ ਕੀ ਹਾਲ ਚਾਲ ਜੀ? ਵਧੀਆ ਚਾਹੀਦਾ ਜੀ, ਵਧੀਆ। ਹੋਰ ਸਿਹਤਾਂ ਵਧੀਆ ਜੀ ਹਨ? ਅਤੇ ਚਾਹ ਬਣਾਓ ਜੀ ਐਨ ਵਧੀਆ ਜੀ, ਜਿੱਦਾਂ ਤੁਸੀਂ ਬਣਾਉਂਦੇ ਹੀ ਆ। ਤੁਹਾਡੇ ਕੋਲ ਰੁਕ ਕੇ ਜਾਈਦਾ ਜੀ ਹਰ ਵਾਰ, ਜਦੋਂ ਵੀ ਅੱਗੇ ਜਾਈਦਾ ਸੀ। ਅਤੇ ਮੈਂ ਕਿਹਾ ਚਲੋ ਤੁਹਾਡੇ ਕੋਲ 5 ਕੁ ਮਿੰਟ ਨਾਲੇ ਗੱਲਾਂ ਬਾਤਾਂ ਹੋ ਜਾਊਗੀ, ਨਾਲੇ ਚਾਹ ਪਾਣੀ ਪੀ ਜਾਈਏ ਜੀ। ਤੇ ਅਸੀਂ ਅੱਗੇ ਜਾ ਰਹੇ ਹਾਂ ਆਪਣੇ ਬਰਸਰ ਦੇ ਕੋਲ, 16 ਸਿੰਘੀ ਧਾਰ ਜੀ। ਵੈਸੇ ਪਹਿਲਾਂ ਇਹ ਕਿਲ੍ਹਾ ਬਣਾਇਆ ਕਿ ਨਹੀਂ ਸਕਾ ਜੀ, ਤੁਹਾਨੂੰ ਹੈ ਨੌਲੇਜ? ਇਹ ਸਿੰਘਾਂ ਦੇ ਬਾਰੇ ਦਾ ਬਣਿਆ ਜੀ, ਸਿੰਘਾਂ ਦਾ ਰਾਜ ਹੋਇਆ। ਸਿੰਘਾਂ ਦਾ? ਹਾਂਜੀ। ਓਕੇ ਓਕੇ ਠੀਕ ਹੈ, ਸਿੰਘਾਂ ਦਾ ਰਾਜ ਹੋਇਆ। ਹੁਣ ਇਹ ਪਤਾ ਨਹੀਂ ਰਾਜਾ ਰਣਜੀਤ ਸਿੰਘ ਦੇ ਵਿੱਚ ਸਿੰਘ ਸੀ, ਠੀਕ ਹੈ, ਉਹ ਅਲੱਗ ਹੋਏ। ਮਤਲਬ ਇੱਕ ਤਰ੍ਹਾਂ ਸਿੰਘਾਂ ਦਾ ਕਿਲ੍ਹਾ ਜੀ ਇਹ? ਹਾਂ, ਸਿੰਘਾਂ ਦਾ। ਸਿੰਘਾਂ ਦਾ ਕਿਲ੍ਹਾ ਜੀ, ਬਹੁਤ ਵੱਡੀ ਗੱਲ ਆ ਜੀ। ਹਾਂਜੀ ਹਾਂਜੀ, ਮਤਲਬ ਇੱਕ ਤਰ੍ਹਾਂ ਪੰਜਾਬ ਦੇ ਨਾਲ ਹੀ ਇਹਦਾ ਜੁੜਿਆ ਹੋਇਆ ਕਨੈਕਸ਼ਨ ਹੈ ਜੀ। ਇਹਦਾ ਐਸਾ ਹੀ ਆ ਵੀ ਜਿਸ ਤਰ੍ਹਾਂ ਇੱਥੇ 16 ਸਿੰਘੀ ਧਾਰ ਤੇ ਲਾਹੌਰ ਨਜ਼ਰ ਆ ਜਾਂਦਾ ਉੱਥੇ ਦੂਰਬੀਨ ਦੇ ਨਾਲ। ਦੂਰਬੀਨ ਦੇ ਨਾਲ, ਹਾਂਜੀ ਠੀਕ ਹੈ ਠੀਕ। ਬੰਦੇ ਵੀ ਉੱਥੇ ਨਜ਼ਰ ਆ ਜਾਂਦੇ, ਛੋਟੇ ਛੋਟੇ ਚੱਲਦੇ ਚੱਲਦੇ ਨਜ਼ਰ ਤੁਹਾਨੂੰ ਹੋਣ। ਅੱਛਾ ਜੀ, ਦੇਖ ਲਓ ਜੀ। ਹਾਂ, ਤੇ ਬਹੁਤ ਵਧੀਆ ਲੱਗਾ ਬਜ਼ੁਰਗਾਂ ਨਾਲ ਗੱਲਬਾਤ ਕਰਕੇ,
ਤੇ ਹੁਣ ਚੱਲਦੇ ਆ ਸੋਲਾ ਸਿੰਘੀ ਧਾਰ ਤੇ ਰਸਤੇ ਦੇ ਵਧੀਆ ਵਧੀਆ ਅਸੀਂ ਤੁਹਾਨੂੰ ਵਿਊ ਦਿਖਾਉਂਦੇ ਜਾਣਾ ਆ। ਸਾਨੂੰ ਸਥਾਨਕ ਲੋਕਾਂ ਤੋਂ ਪਤਾ ਲੱਗਾ ਕਿ ਰਸਤੇ ਦੇ ਵਿੱਚ ਹਜ਼ਾਰਾਂ ਸਾਲ ਪੁਰਾਣਾ ਸ਼ਿਵ ਮੰਦਿਰ ਵੀ ਆਉਂਦਾ ਆ ਜਿਹਦਾ ਇੱਕ ਵੱਖਰਾ ਹੀ ਇਤਿਹਾਸ ਆ, ਤੁਹਾਨੂੰ ਹੁਣ ਦਰਸ਼ਨ ਕਰਾਉਂਦੇ ਜਾਵਾਂਗੇ। ਅਸੀਂ ਜਿਸ ਮੰਦਿਰ ਦੇ ਵਿੱਚ ਤੁਹਾਨੂੰ ਲੈ ਕੇ ਆਏ ਹਾਂ, ਇਸ ਮੰਦਿਰ ਦਾ ਬਹੁਤ ਵੱਡਾ ਇਤਿਹਾਸ ਆ। ਕਹਿੰਦੇ ਪੂਰੀ ਦੁਨੀਆ ਦੇ ਵਿੱਚ ਦੋ ਮੰਦਿਰ ਆ, ਇੱਕ ਨੇਪਾਲ ਦੇ ਵਿੱਚ ਆ, ਦੂਸਰਾ ਇੱਥੇ ਆ। ਬਹੁਤ ਪੁਰਾਣਾ ਮੰਦਿਰ ਆ, ਤੁਹਾਨੂੰ ਸ਼ਿਵਲਿੰਗ ਦੇਖ ਕੇ ਪਤਾ ਚੱਲ ਜਾਏਗਾ। ਮੈਨੂੰ ਨਹੀਂ ਲੱਗਦਾ ਕਿ ਇਸ ਤਰ੍ਹਾਂ ਦੀ ਸ਼ਿਵਲਿੰਗ ਹੋਰ ਕਿਤੇ ਹੋਏਗੀ। ਇਹ ਮੰਦਿਰ ਪਾਂਡਵਾਂ ਨੇ ਬਣਾਇਆ ਸੀ ਜਿੱਦਾਂ ਤੁਹਾਨੂੰ ਮੈਂ ਪਹਿਲਾਂ ਦੱਸਿਆ, ਤੁਸੀਂ ਦੇਖ ਸਕਦੇ ਆ ਕਿਸ ਤਰ੍ਹਾਂ ਬਣਾਇਆ ਹੋਇਆ ਆ, ਜਿਹਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ। ਅਸੀਂ ਹੁਣ ਗੱਡੀ ਲਾਤੀ ਆ ਸਾਈਡ ਤੇ, ਇੱਥੇ ਤੱਕ ਹੀ ਗੱਡੀ ਜਾਂਦੀ ਆ, ਇਸ ਤੋਂ ਬਾਅਦ ਟਰੈਕ ਕਰਨਾ ਪੈਂਦਾ ਆ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਸਮੋਸੇ ਲੈ ਚੱਲੇ ਜੀ ਤੁਹਾਡੇ ਕੋਲ, ਹੁਣ ਉੱਪਰ ਜਾ ਕੇ ਖਾਵਾਂਗੇ ਬੈਠ ਕੇ। ਹਾਂਜੀ, ਮਜ਼ੇ ਨਾਲ ਖਾਓ ਜੀ। ਨਹੀਂ ਚੀਜ਼ ਕਿਹਾ ਜੀ, ਬਸ ਉੱਦਾਂ ਹੈ ਕਿ ਉੱਪਰ ਜਾਓ ਤੇ ਸਾਰਾ ਜਿੱਦਾਂ ਜੀ ਲਾਹੌਰ ਦਾ ਬੋਲਦੇ, ਦੂਰਬੀਨ ਲਗਾ ਕੇ ਲਾਹੌਰ ਦਿਖਦਾ, ਤਾਂ ਤੁਸੀਂ ਜਾ ਕੇ ਸਰਚ ਮਾਰੋ ਹਾਂ ਬਾਕੀ ਦਿਖਦਾ ਕਿ ਨਹੀਂ ਦਿਖਦਾ, ਦੂਰਬੀਨ ਹੈ ਤੁਹਾਡੇ ਕੋਲ ਨਹੀਂ ਹੈਗੀ। ਚਲੋ ਉਹ ਤਾਂ ਆਪਣੇ ਦੇਖਦੇ ਆ ਜੀ, ਮਤਲਬ ਦੂਰਬੀਨ ਰਾਹੀਂ ਲਾਹੌਰ ਦਿਖਦਾ ਆ ਜੀ। ਹਾਂ, ਕਹਿੰਦੇ ਲਾਹੌਰ ਦਿਖ ਜਾਂਦਾ। ਠੀਕ ਹੈ ਠੀਕ ਹੈ। ਤੇ ਹੋਰ ਇੱਥੇ ਸਿੰਘਾਂ ਦਾ ਰਾਹ ਸੀ ਕਹਿੰਦੇ, ਉਹਨਾਂ ਦੇ ਬਾਰੇ 'ਚ ਬਣਿਆ ਹੈ। ਦਿਨੇ ਉਹਨਾਂ ਸੋਹਣਾ ਹੁੰਦਾ, ਰਾਤ ਨੂੰ ਕੰਮ ਕਰਦਾ ਹੁੰਦਾ। ਅੱਛਾ ਅੱਛਾ ਅੱਛਾ। ਠੀਕ ਹੈ ਜੀ, ਹੁਣ ਚੱਲੀਏ ਅਸੀਂ ਤੁਹਾਡੇ ਸਮੋਸੇ ਲਾ ਕੇ ਖਾਂਦੇ ਉੱਪਰ ਜਾ ਕੇ। ਇਹਨਾਂ ਅੰਕਲਾਂ ਤੋਂ ਵੀ ਪੁੱਛਦੇ ਆ, ਸਤਿ ਸ੍ਰੀ ਅਕਾਲ ਜੀ। ਇੱਥੇ ਦੂਰਬੀਨ ਨਾਲ ਕਹਿੰਦੇ ਵੀ ਲਾਹੌਰ ਨਜ਼ਰ ਆਉਂਦਾ ਪਾਕਿਸਤਾਨ ਨਾਲ। ਅੱਛਾ ਜੀ। ਹੋਰ ਜੀ ਵਧੀਆ ਜੀ। ਅੱਛਾ ਅੱਛਾ ਅੱਛਾ, ਚਲੋ ਠੀਕ ਆ ਠੀਕ ਆ ਜੀ। ਤੇ ਮੈਂ ਕਿਹਾ ਆਵਾਜ਼ ਪਤਾ ਨੀ ਕੌਣ ਮਾਰਦਾ ਪਿਆ ਆ, ਫਿਰ ਅਸੀਂ ਤੁਹਾਨੂੰ ਦੇਖਿਆ ਬੜੇ ਸੰਘਣੇ ਜੰਗਲ ਦੇ ਵਿੱਚ, ਤੁਸੀਂ ਭੇਡਾਂ ਬੱਕਰੀਆਂ ਚਾਰਦੇ ਪਏ ਜੀ। ਹੋਰ ਜੀ ਵਧੀਆ ਸਭ ਜੀ। ਤੇ ਫਿਰ ਆਪਾਂ ਇਹ ਬੱਕਰੀਆਂ ਵਗੈਰਾ ਰੱਖੀਆਂ ਹੋਈਆਂ ਜੀ। ਠੀਕ ਆ ਠੀਕ ਆ। ਆਪਣਾ ਕਿਹੜਾ ਪਿੰਡ ਆ ਜੀ? ਇਹੀ ਆ ਠੇੜੀਆਂ ਆ ਜੀ। ਠੀਕ ਆ ਠੀਕ ਆ। ਓਕੇ, ਅਸੀਂ ਜੀ ਆਏ ਪੰਜਾਬ ਤੋਂ, ਹੁਸ਼ਿਆਰਪੁਰ ਤੋਂ, ਕਿਲ੍ਹਾ ਦੇਖਣ ਚੱਲੇ ਹਾਂ ਸੋਲਾ ਸਿੰਘੀ ਧਾਰ। ਅਤੇ ਹੁਣ ਤੁਹਾਨੂੰ ਪੁੱਛਣਾ ਜੀ ਕਿਲ੍ਹੇ ਬਾਰੇ ਥੋੜ੍ਹਾ ਜਿਹਾ। ਹਾਂ ਚਲੋ, ਹੁਣ ਤੁਸੀਂ ਟੱਕਰੇ ਆ ਅਤੇ ਹੁਣ ਤੁਹਾਡੇ ਕੋਲ ਕਿੱਦਾਂ ਵਾ? ਤੁਸੀਂ ਜਾਂ ਮਾੜਾ ਜਿਹਾ ਕਸ਼ਟ ਕਰ ਲਓ, ਆ ਜਾਓ ਇੱਧਰ ਜੀ। ਹੋਰ ਜੀ ਸਭ ਵਧੀਆ ਜੀ? ਵਧੀਆ ਜੀ। ਤੇ ਬੜੀ ਮਿਹਨਤ ਕਰਦੇ ਜੀ ਤੁਸੀਂ ਤਾਂ, ਹੈ ਨਾ ਜੀ? ਤੇ ਇੱਦਾਂ ਦਾ ਜੰਗਲ ਆ ਜੀ, ਹਰ ਕੋਈ ਇੱਥੇ ਆਉਣ ਤੋਂ ਪਹਿਲਾਂ ਸੋਚੇਗਾ ਜਿੱਥੇ ਤੁਸੀਂ ਭੇਡਾਂ ਬੱਕਰੀਆਂ ਚਾਰਦੇ ਪਏ ਹੈ ਨਾ ਜੀ, ਤੇ ਪਤਾ ਲੱਗਦਾ ਮਿਹਨਤ ਦਾ। ਤੇ ਹੁਣ ਸਾਨੂੰ ਤੁਸੀਂ ਸਭ ਤੋਂ ਪਹਿਲਾਂ ਜੀ ਦੱਸੋ ਇਸ ਕਿਲ੍ਹੇ ਬਾਰੇ, ਜਿਹਨੂੰ ਦੇਖਣ ਵਾਸਤੇ ਅਸੀਂ ਇੱਥੇ ਆਏ ਹਾਂ। ਇਹ ਤਾਂ ਸਿੰਘ ਦੇ ਟਾਈਮ ਦਾ ਹੈਗਾ, ਬਹੁਤ ਪੁਰਾਣਾ। ਅੱਛਾ ਜੀ। ਹਾਂਜੀ
ਇੱਕ ਲੰਬਾ ਟਰੈਕ ਕਰਨ ਤੋਂ ਬਾਅਦ ਆਖਰ ਸਾਨੂੰ ਕਿਲ੍ਹਾ ਦਿਖਾਈ ਦੇ ਹੀ ਦਿੱਤਾ। ਤੁਸੀਂ ਸਾਹਮਣੇ ਦੇਖ ਸਕਦੇ ਆ ਕਿਲ੍ਹੇ ਦੀ ਬੈਕ ਸਾਈਡ ਦੀ ਦੀਵਾਰ ਨਜ਼ਰ ਆ ਰਹੀ ਆ ਇਸੇ ਤਰ੍ਹਾਂ ਇੱਧਰੋਂ, ਕਿਉਂਕਿ ਇਹ ਕਿਲ੍ਹਾ ਕਾਫੀ ਲੰਬੇ ਏਰੀਏ ਦੇ ਵਿੱਚ ਫੈਲਿਆ ਹੋਇਆ ਆ। ਬਾਕੀ ਤੁਸੀਂ ਦੇਖ ਹੀ ਲਿਆ ਕਿੰਨਾ ਸੰਘਣਾ ਜੰਗਲ ਸੀ, ਬਹੁਤ ਲੰਬਾ ਟਰੈਕ ਆਏ। ਜਦੋਂ ਤੁਸੀਂ ਵੀ ਇਸ ਕਿਲ੍ਹੇ ਤੱਕ ਆਉਣਾ ਆ ਤਾਂ ਆਪਣਾ ਸਮਾਨ ਵਗੈਰਾ ਜ਼ਰੂਰ ਲੈ ਕੇ ਆਉਣਾ ਆ, ਖਾਣ ਪੀਣ ਦਾ ਅਤੇ ਪਾਣੀ ਵਗੈਰਾ, ਕਿਉਂਕਿ ਨਹੀਂ ਤਾਂ ਰਸਤੇ ਦੇ ਵਿੱਚ ਤੁਹਾਨੂੰ ਦਿੱਕਤ ਹੋ ਸਕਦੀ ਆ। ਅਤੇ ਹੁਣ ਸਾਡਾ ਵੀ ਸਫ਼ਰ ਥੋੜ੍ਹਾ ਹੀ ਰਹਿ ਗਿਆ, ਜਿਸ ਤੱਕ ਮੈਨੂੰ ਲੱਗਦਾ ਕਿ 1 ਕਿਲੋਮੀਟਰ ਦਾ ਫਾਸਲਾ ਹੋਏਗਾ, ਕਾਫ਼ੀ ਹਾਈਟ ਆ ਜੇ ਵੀ। ਚਲੋ ਹੁਣ ਚੱਲਦੇ ਹਾਂ। ਜਿੱਦਾਂ ਜਿੱਦਾਂ ਅਸੀਂ ਹੁਣ ਅੱਗੇ ਨੂੰ ਜਾ ਰਹੇ ਹਾਂ ਕਿਲ੍ਹੇ ਦੀਆਂ ਦੁਆਰਾਂ ਮਿਲ ਰਹੀਆਂ ਸਾਨੂੰ, ਤੁਸੀਂ ਆਹ ਦੇਖ ਸਕਦੇ ਹਾਂ। ਅਸੀਂ ਪਹਾੜੀ ਦੇ ਉੱਤੇ ਪਹੁੰਚ ਗਏ ਹਾਂ ਜਿਹਦੇ ਉੱਤੇ ਕਿਲ੍ਹਾ ਆ। ਤੁਸੀਂ ਹੁਣ ਦੇਖ ਸਕਦੇ ਆ ਕਿੱਡੀਆਂ ਵੱਡੀਆਂ ਵੱਡੀਆਂ ਚਟਾਨਾਂ ਆ ਪਹਾੜੀ ਦੇ ਉੱਪਰ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਏਗਾ। ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਇਹੀ ਚਟਾਨਾਂ ਨਜ਼ਰ ਆਉਣਗੀਆਂ। ਇਹ ਕਿਲ੍ਹੇ ਦਾ ਅੱਧਾ ਪਾਰਟ ਇੱਧਰ ਆ, ਬਿਲਕੁਲ ਸਾਹਮਣੇ ਨਜ਼ਰ ਮਾਰੋ, ਅਤੇ ਦੂਸਰਾ ਪਾਰਟ ਜਿਹੜਾ ਆ ਬਿਲਕੁਲ ਸਾਡੀ ਦੂਸਰੀ ਸਾਈਡ 'ਤੇ ਆ। ਬਹੁਤ ਜ਼ਿਆਦਾ ਹਾਈਟ ਦੇ ਉੱਤੇ ਆ, ਤੁਹਾਨੂੰ ਦੂਰ ਦੂਰ ਦੇ ਪਿੰਡ ਦਿਖਾਈ ਦੇਣਗੇ ਜਿੱਦਾਂ ਪਿੰਡ ਦੇ ਲੋਕ ਕਹਿੰਦੇ ਸੀਗੇ। ਜਿੱਧਰ ਵੀ ਤੁਸੀਂ ਨਜ਼ਰ ਮਾਰੋਗੇ ਤੁਹਾਨੂੰ ਹਰ ਸ਼ਹਿਰ ਇੱਥੋਂ ਨਜ਼ਰ ਆਏਗਾ, ਭਾਵੇਂ ਉਹ ਉਨਾ ਆ ਭਾਵੇਂ ਉਹ ਹਮੀਰਪੁਰ ਆ। ਹਮੀਰਪੁਰ ਦਾ ਜਿੱਦਾਂ ਉਹਨਾਂ ਨੇ ਡਿਸਟੈਂਸ ਦੱਸਿਆ ਹੀ ਸੀਗਾ ਇੱਥੋਂ 60-70 ਕਿਲੋਮੀਟਰ ਦਾ ਆ। ਵਾਕਈ ਇੱਥੇ ਆ ਕੇ ਪਤਾ ਚੱਲਦਾ ਆ ਕਿ ਇਹ ਕਿਲ੍ਹਾ ਕਿੱਦਾਂ ਉਸ ਸਮੇਂ ਸਿੰਘਾਂ ਨੇ ਬਣਾਇਆ ਹੋਏਗਾ ਇੰਨਾ ਹਾਈਟ ਦੇ ਉੱਤੇ, ਜਿਹਨੂੰ ਦੇਖ ਕੇ ਹਰ ਕੋਈ ਸੋਚੋ ਨੂੰ ਮਜਬੂਰ ਹੋ ਜਾਏਗਾ ਕਿ ਇੱਥੇ ਤੱਕ ਕਿੱਦਾਂ ਉਹ ਮਟੀਰੀਅਲ ਲੈ ਕੇ ਆਏ ਹੋਣਗੇ। ਇਸ ਵੇਲੇ ਕੋਈ ਵੀ ਰਸਤਾ ਨਹੀਂ ਹੈਗਾ ਇਸ ਕਿਲ੍ਹੇ ਤੱਕ ਪਹੁੰਚਣ ਵਾਸਤੇ। ਪਹਿਲਾਂ ਹੁਣ ਅਸੀਂ ਤੁਹਾਨੂੰ ਜਿਹੜਾ ਕਿਲ੍ਹੇ ਦਾ ਵੱਡਾ ਹਿੱਸਾ ਆ ਉਹ ਦਿਖਾਲਦੇ ਹਾਂ। ਸਾਹਮਣੇ ਤੁਸੀਂ ਨਜ਼ਰ ਮਾਰ ਲਓ, ਆਲੇ ਦੁਆਲੇ ਦੇ ਦ੍ਰਿਸ਼ ਬਹੁਤ ਹੀ ਸੋਹਣੇ ਆ। ਕੋਈ ਨਹੀਂ ਸੋਚ ਸਕਦਾ ਕਿ ਸਾਡੇ ਹੁਸ਼ਿਆਰਪੁਰ ਤੋਂ ਸਿਰਫ 70 ਕਿਲੋਮੀਟਰ ਦੂਰ ਇੰਨਾ ਸੋਹਣਾ ਦ੍ਰਿਸ਼ ਹੋ ਸਕਦਾ ਆ। ਹੁਣ ਅਸੀਂ ਕਿਲ੍ਹੇ ਦੇ ਅੰਦਰ ਜਾਣ ਵਾਸਤੇ ਰਸਤਾ ਲੱਭ ਰਹੇ ਹਾਂ। ਕਹਿੰਦੇ ਕਿ ਇਸ ਕਿਲ੍ਹੇ ਦੇ ਅੰਦਰ ਜਾਣ ਵਾਸਤੇ ਰਸਤਾ ਨਹੀਂ ਹੈਗਾ, ਅਤੇ ਸਾਨੂੰ ਕੋਈ ਨਾ ਕੋਈ ਤੁਸੀਂ ਲਾ ਲਓ ਅਰੇਂਜਮੈਂਟ ਕਰਕੇ ਕਿਲ੍ਹੇ ਤੱਕ ਪਹੁੰਚਣਾ ਪੈਣਾ ਆ, ਕਿਉਂਕਿ ਕਾਫ਼ੀ ਉੱਚੀਆਂ ਉੱਚੀਆਂ ਦੁਬਾਰਾ ਆ ਕਿਲ੍ਹੇ ਦੀਆਂ। ਦੂਸਰੇ ਪਾਸੇ ਖਾਈ ਆ ਬਹੁਤ ਡੂੰਘੀ, ਉੱਧਰ ਤਾਂ ਬਹੁਤ ਜ਼ਿਆਦਾ ਮੁਸ਼ਕਲ ਆ ਕਿਲ੍ਹੇ ਦੇ ਅੰਦਰ ਜਾਣਾ। ਹੁਣ ਦੇਖਦੇ ਹਾਂ ਕਿੱਦਾਂ ਇਹਦੇ ਅੰਦਰ ਅਸੀਂ ਜਾ ਸਕਦੇ ਹਾਂ। ਬਾਹਰੋਂ ਪਹਿਲਾਂ ਤੁਹਾਨੂੰ ਇੱਕ ਵਾਰ ਦ੍ਰਿਸ਼ ਦਿਖਾ ਦਈਏ ਕਿਲ੍ਹੇ ਦਾ, ਕਾਫ਼ੀ ਵਧੀਆ ਲੱਗੂਗਾ ਤੁਹਾਨੂੰ। ਤੁਸੀਂ ਦੇਖ ਸਕਦੇ ਹਾਂ ਕਾਰੀਗਰਾਂ ਨੇ ਕਿੱਦਾਂ ਇਹ ਬਣਾਇਆ ਹੋਇਆ ਆ। ਇਸ ਵੇਲੇ ਤਾਂ ਇਹਦਾ ਬਹੁਤ ਜ਼ਿਆਦਾ ਮੰਦਾ ਹਾਲ ਆ, ਕਿੱਦਾਂ ਤੁਸੀਂ ਦੇਖ ਲਓ ਦਰਖਤ ਵਗੈਰਾ ਇਹਦੇ ਉੱਤੇ ਉੱਗ ਚੁੱਕੇ ਆ। ਜਦੋਂ ਅਸੀਂ ਕਾਫੀ ਦੂਰ ਸੀਗੇ ਤਾਂ ਸਾਨੂੰ ਇਸ ਕਿਲ੍ਹੇ ਦਾ ਬਹੁਤ ਸੋਹਣਾ ਦ੍ਰਿਸ਼ ਨਜ਼ਰ ਆ ਰਿਹਾ ਸੀਗਾ। ਹੁਣ ਜਿੱਦਾਂ ਜਿੱਦਾਂ ਅਸੀਂ ਅੱਗੇ ਨੂੰ ਵਧਣਾ ਆ
ਸਾਨੂੰ ਇਹ ਕਿਲਾ ਦਿਖਾਈ ਦਿੰਦਾ ਹੀ ਜਾਣਾ ਆ। ਇਹ ਪੌੜੀਆਂ ਦੇਖ ਕੇ ਇਸ ਤਰ੍ਹਾਂ ਲੱਗਦਾ ਪਿਆ ਜਿੱਦਾਂ ਇਹ ਪੌੜੀਆਂ ਸਿੱਧੀਆਂ ਜਾ ਕੇ ਅਸਮਾਨ ਨਾਲ ਲੱਗਦੀਆਂ ਹੋਣ। ਸਾਹਮਣੇ ਤੁਸੀਂ ਨਜ਼ਰ ਮਾਰੋ ਕਿੰਨੀ ਸੋਹਣੀ ਡਿਜ਼ਾਇਨਿੰਗ ਆ। ਇਸੇ ਤਰ੍ਹਾਂ ਅੱਗੇ ਆ ਆਲੇ ਦੁਆਲੇ ਦੇ ਦ੍ਰਿਸ਼ ਦੇਖ ਕੇ ਤਾਂ ਹਰ ਕਿਸੇ ਨੂੰ ਵਧੀਆ ਲੱਗੇਗਾ, ਹਰ ਕੋਈ ਚਾਹੇਗਾ ਇੱਥੇ ਆਉਣਾ। ਸਾਨੂੰ ਹੁਣ ਸਾਹਮਣੇ ਇੱਕ ਖਿੜਕੀ ਦਿਖਾਈ ਦਿੱਤੀ ਜਿਹਦੇ ਵਿੱਚੋਂ ਕੋਸ਼ਿਸ਼ ਕਰਦੇ ਹਾਂ ਲੰਘਣ ਦੀ, ਕਿਸੇ ਤਰ੍ਹਾਂ ਅਸੀਂ ਅੰਦਰ ਚੱਲ ਜਾਈਏ ਕਿਲੇ ਦੇ। ਅਸੀਂ ਕਿਲੇ ਦੇ ਅੰਦਰ ਪਹੁੰਚ ਗਏ ਹਾਂ, ਤੁਸੀਂ ਅੰਦਰਲਾ ਹੁਣ ਦ੍ਰਿਸ਼ ਦੇਖ ਸਕਦੇ ਆ। ਦੇਖ ਕੇ ਹਰ ਕਿਸੇ ਨੂੰ ਪਤਾ ਚੱਲ ਜਾਏਗਾ ਇਹ ਕਿਲਾ ਕਿੰਨਾ ਪੁਰਾਣਾ ਆ। ਹੁਣ ਜੇ ਦੇਖਿਆ ਜਾਏ ਤਾਂ ਇਸ ਕਿਲੇ ਦੀਆਂ ਸਿਰਫ ਦੁਆਰਾਂ ਹੀ ਰਹਿ ਗਈਆਂ ਆ, ਛੱਤ ਵਗੈਰਾ ਨਹੀਂ ਹੈਗੀ, ਕੋਈ ਕੋਈ ਬਚੀ ਹੋਈ ਆ। ਸਭ ਤੋਂ ਪਹਿਲਾਂ ਅਸੀਂ ਤੁਹਾਨੂੰ ਖੂਹ ਦਿਖਾਲਦੇ ਹਾਂ। ਜਿੱਦਾਂ ਸਾਨੂੰ ਦੱਸਦੇ ਸੀ ਪਿੰਡ ਦੇ ਲੋਕ ਕਿ ਖੂਹ ਦੋ ਆ ਇਸ ਕਿਲੇ ਦੇ ਵਿੱਚ, ਤੁਸੀਂ ਦੇਖ ਸਕਦੇ ਆ। ਇਹਦੇ ਅੰਦਰ ਬੋਤਲਾਂ ਵਗੈਰਾ, ਜਿਹੜਾ ਵੀ ਮੇਰਾ ਕੋਈ ਭਰਾ ਆਇਆ ਹੋਏਗਾ, ਕਾਫੀ ਇਹਦੇ ਅੰਦਰ ਖਲਾਰਾ ਪਾਇਆ ਹੋਇਆ ਆ। ਹੁਣ ਤੁਸੀਂ ਇਸ ਬਾਰੇ ਸਾਨੂੰ ਦੱਸਣਾ ਆ ਕਿ ਇਹ ਜਿਹੜੇ ਖੂਹ ਆ ਇੱਥੇ, ਇਹ ਰਾਜੇ ਕਿਉਂ ਇਸ ਤਰ੍ਹਾਂ ਦੇ ਖੂਹ ਕੱਢਦੇ ਹੁੰਦੇ ਸੀ ਕਿਲੇ ਦੇ ਵਿੱਚ, ਕਿਉਂਕਿ ਸਾਨੂੰ ਇੱਥੇ ਦੇ ਲੋਕਾਂ ਨੇ ਕਿਸੇ ਨੇ ਕੁਛ ਦੱਸਿਆ, ਕਿਸੇ ਨੇ ਕੁਛ ਦੱਸਿਆ, ਅਤੇ ਕੋਈ ਤਾਂ ਕਹਿ ਰਿਹਾ ਸੀਗਾ ਕਿ ਇਹ ਪਾਣੀ ਦਾ ਪ੍ਰਬੰਧ ਕੀਤਾ ਹੋਇਆ ਸੀ ਉਸ ਸਮੇਂ, ਜਾਂ ਫਿਰ ਆਪਣੇ ਇੱਕ ਤੁਸੀਂ ਬਚਾਅ ਵਾਸਤੇ ਇਹ ਖੂਹ ਕੱਢਦੇ ਹੁੰਦੇ ਸੀਗੇ। ਇਸ ਤਰ੍ਹਾਂ ਦੀਆਂ ਵੱਖਰੇ ਵੱਖਰੇ ਰਾਏ ਸੀਗੀਆਂ। 16 ਸਿੰਘੀ ਧਾਰ ਦੇ ਵਿੱਚ ਕਈ ਕਿਲੇ ਬਣੇ ਹੋਏ ਆ, ਜਿਨ੍ਹਾਂ ਵਿੱਚੋਂ ਉਨਾ ਡਿਸਟ੍ਰਿਕਟ ਦੀ ਤਹਿਸੀਲ ਬਗਾਣਾ ਵਿੱਚ ਬਣਿਆ ਹੋਇਆ ਇਹ ਕਿਲਾ, ਜੋ ਕਿ ਮਹਾਰਾਜਾ ਰਣਜੀਤ ਸਿੰਘ ਵੱਲੋਂ ਕੁਝ ਸੈਂਕੜੇ ਸਾਲ ਪਹਿਲਾਂ ਆਪਣੇ ਸੂਬਿਆਂ ਦੀ ਸੁਰੱਖਿਆ ਅਤੇ ਰੈਵਨਿਊ ਇਕੱਠਾ ਕਰਨ ਲਈ ਬਣਾਇਆ ਗਿਆ ਸੀ, ਜਿਸ ਉੱਤੇ ਹਰ ਵਕਤ ਇੱਕ ਸਿਪਾਹੀ ਨਿਗਰਾਨੀ ਲਈ ਖੜ੍ਹਾ ਰਹਿੰਦਾ ਸੀ, ਜੋ ਕਿ ਦੂਰਬੀਨ ਰਾਹੀਂ ਪਾਕਿਸਤਾਨ ਦੇ ਲਾਹੌਰ ਸ਼ਹਿਰ ਤੱਕ ਦੁਸ਼ਮਣਾਂ ਉੱਤੇ ਨਿਗਰਾਨੀ ਰੱਖਦਾ ਸੀ। ਸੋਚਣ ਵਾਲੀ ਗੱਲ ਇਹ ਆ ਕਿ ਕਿਲੇ ਨੂੰ ਇੰਨੀ ਉਚਾਈ 'ਤੇ ਕਿਵੇਂ ਬਣਾਇਆ ਗਿਆ, ਜਿੱਥੇ ਹਰ ਕੋਈ ਆਉਣ ਤੋਂ ਪਹਿਲਾਂ 100 ਵਾਰ ਸੋਚੇਗਾ। ਇਸ ਕਿਲੇ ਦੀ ਬਣਤ ਨੂੰ ਦੇਖ ਉਸ ਵੇਲੇ ਦੀ ਬਿਹਤਰੀਨ ਕਾਰੀਗਰੀ ਨੂੰ ਵੇਖਿਆ ਜਾ ਸਕਦਾ ਆ। ਇਸ ਕਿਲੇ ਨੂੰ ਖਾਸ ਤੌਰ 'ਤੇ ਬਾਹਰੀ ਹਮਲਿਆਂ ਤੋਂ ਸੁਰੱਖਿਅਤ ਰੱਖਣ ਲਈ ਇਸ ਦੀ ਬਣਤ ਇਸ ਤਰੀਕੇ ਨਾਲ ਰੱਖੀ ਗਈ ਆ ਕਿ ਜਿਸ ਨਾਲ ਬਾਹਰੋਂ ਹਮਲਿਆਂ ਦਾ ਕੋਈ ਵੀ ਅਸਰ ਅੰਦਰ ਬੈਠੇ ਸਿਪਾਹੀਆਂ 'ਤੇ ਨਾ ਹੋ ਪਵੇ, ਅਤੇ ਇੱਕ ਤੋਂ ਜ਼ਿਆਦਾ ਹਮਲਾਵਾਰ ਇਕੱਠੇ ਹੋ ਕੇ ਕਿਲੇ ਦੇ ਕਿਸੇ ਵੀ ਹਿੱਸੇ ਵਿੱਚ ਦਾਖਲ ਨਾ ਹੋ ਸਕਣ। ਇਸ ਤੋਂ ਇਲਾਵਾ ਕਿਲੇ ਵਿੱਚ ਪੀਣ ਵਾਲੇ ਪਾਣੀ ਦੀ ਸਹੂਲਤ ਲਈ 2 ਥਾਂ 'ਤੇ ਖੂਹੀਆਂ ਵੀ ਬਣਾਈਆਂ ਗਈਆਂ, ਜਿਨ੍ਹਾਂ ਵਿੱਚ ਪੀਣ ਵਾਲੇ ਪਾਣੀ ਨੂੰ ਸਾਫ਼ ਅਤੇ ਸੁਰੱਖਿਅਤ ਰੱਖਿਆ ਜਾ ਸਕੇ, ਅਤੇ ਨਹਾਉਣ ਵਾਸਤੇ ਅਲੱਗ ਤਲਾਬ ਵੀ ਬਣਾਇਆ ਗਿਆ। ਹਾਲਾਂਕਿ ਇਸ ਕਿਲੇ ਵਿੱਚ ਹੁਣ ਛੱਤਾਂ ਨਹੀਂ ਹਨ, ਪਰ ਦੇਖਣ 'ਤੇ ਪਤਾ ਲੱਗਦਾ ਆ ਕਿ ਕਿਲੇ ਵਿੱਚ ਆਰਾਮ ਕਰਨ ਲਈ ਕਈ ਕਮਰੇ ਬਣਾਏ ਗਏ ਸਨ, ਜਿਨ੍ਹਾਂ ਵਿੱਚ ਫੌਜਾਂ ਦੇ ਕਈ ਸਿਪਾਹੀ ਅਤੇ ਜਰਨੈਲ ਆਰਾਮ ਕਰਦੇ ਹੋਣਗੇ।
ਇਸ ਤੋਂ ਇਲਾਵਾ ਇਸ ਕਿਲੇ ਵਿੱਚ ਸਾਨੂੰ ਕਈ ਕਮਰੇ ਜੇਲ੍ਹ ਕੋਠਲੀਆਂ ਅਤੇ ਤਹਿਖਾਨਿਆਂ ਦੀ ਸ਼ਕਲ ਦੇ ਵੀ ਮਿਲੇ ਜਿਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਜਾ ਸਕਦੀ। ਕਿਲੇ ਦੀਆਂ ਦੀਵਾਰਾਂ ਤੋਂ ਬਾਹਰ ਵੱਲ ਨੂੰ ਦੇਖਣ 'ਤੇ ਬੜੇ ਹੀ ਵਧੀਆ ਦ੍ਰਿਸ਼ ਦਿਸਦੇ ਆ ਜਿਨ੍ਹਾਂ ਵਿੱਚ ਕਾਫੀ ਦੂਰ ਦੂਰ ਤੱਕ ਪਿੰਡ ਅਤੇ ਸ਼ਹਿਰ ਅਤੇ ਸੈਂਕੜੇ ਕਿਲੋਮੀਟਰ ਦੂਰ ਸਥਿਤ ਪਹਾੜੀਆਂ ਵੀ ਇੰਝ ਨਜ਼ਰ ਆਉਂਦੀਆਂ ਆ ਜਿਵੇਂ ਉਹ ਸਾਡੇ ਬਹੁਤ ਹੀ ਨੇੜੇ ਹੋਣ। ਕਿਲੇ ਵਿੱਚ ਦਾਖਲ ਹੋਣ ਵਾਲੇ ਰਸਤੇ ਇੰਝ ਬਣਾਏ ਗਏ ਜਿਹੜੇ ਕਿ ਸਿਰਫ ਕਿਸੇ ਭੇਤੀ ਬੰਦੇ ਨੂੰ ਹੀ ਪਤਾ ਹੋਣ, ਜੋ ਕਿ ਸੁਰੱਖਿਆ ਨੂੰ ਮੱਦੇ ਨਜ਼ਰ ਆਪਣੇ ਆਪ ਵਿੱਚ ਹੀ ਬਹੁਤ ਵੱਡੀ ਗੱਲ ਆ। ਇੱਥੋਂ ਦੇ ਮੌਜੂਦਾ ਲੋਕਾਂ ਨੇ ਗੱਲਬਾਤ ਕਰਨ 'ਤੇ ਦੱਸਿਆ ਕਿ ਹਿਮਾਚਲ ਸਰਕਾਰ ਦੇ ਟੂਰਿਸਟ ਵਿਭਾਗ ਨੇ ਇਸ ਕਿਲੇ ਨੂੰ ਟੂਰਿਸਟ ਪਲੇਸ ਬਣਾਉਣ ਲਈ ਕਈ ਯਤਨ ਕੀਤੇ ਪਰ ਡਾਢੇ ਜੰਗਲ ਪਹਾੜੀਆਂ ਅਤੇ ਵਿੱਚ ਆਉਂਦੀਆਂ ਨਿੱਜੀ ਜ਼ਮੀਨਾਂ ਕਰਕੇ ਕਿਲੇ ਉੱਪਰ ਜਾਣ ਨੂੰ ਰਸਤਾ ਨਹੀਂ ਬਣਾ ਸਕੇ। ਇਸ ਕਿਲੇ ਨੂੰ ਵੇਖਣ ਤੋਂ ਬਾਅਦ ਅਸੀਂ ਵੀ ਇਹ ਸੋਚਣ 'ਤੇ ਮਜਬੂਰ ਹੋ ਗਏ ਹਾਂ ਕਿ ਪੁਰਾਣੇ ਟਾਈਮ 'ਤੇ ਇਸ ਕਿਲੇ ਵਿੱਚ ਕਿੰਨੀ ਰੌਣਕ ਹੋਣੀ ਆ। ਇਸ ਕਿਲੇ ਦੇ ਸ਼ਾਸਕਾਂ ਨੇ ਇਹ ਸੋਚਿਆ ਹੋਵੇਗਾ ਕਿ ਭਵਿੱਖ ਵਿੱਚ ਇਸ ਕਿਲੇ ਦਾ ਕੀ ਹਾਲ ਹੋਣਾ ਆ। ਕੀ ਉਹਨਾਂ ਸੋਚਿਆ ਹੋਵੇਗਾ ਜਿਸ ਜਗ੍ਹਾ 'ਤੇ ਇੰਨੀ ਰੌਣਕ ਆ, ਆਉਣ ਵਾਲੇ ਸਮੇਂ ਵਿੱਚ ਇਹ ਜਗ੍ਹਾ ਜੰਗਲ ਉਜਾੜ ਬਣ ਕੇ ਰਹਿ ਜਾਵੇਗੀ। ਤੁਸੀਂ ਵੀ ਆਪਣੇ ਆਪਣੇ ਵਿਊ ਦਿਓ ਇਸ ਬਾਰੇ। ਆਓ ਹੁਣ ਤੁਹਾਨੂੰ ਕੁਦਰਤੀ ਰੰਗ ਰੂਪ ਵਿੱਚ ਹੀ ਇੱਕ ਕਿਲੇ ਨੂੰ ਵੇਖਣ ਲਈ ਕੁਝ ਸਮਾਂ ਦੇਈਏ। ਸਾਡੇ ਨਾਲ ਵੀਡੀਓ ਦੇ ਅੰਤ ਤੱਕ ਜੁੜੇ ਰਹੋ, ਮਿਲਦੇ ਹਾਂ ਵੀਡੀਓ ਦੇ ਅੰਤ ਵਿੱਚ।
ਹੁਣ ਤੁਹਾਨੂੰ ਲੈ ਕੇ ਚੱਲਦੇ ਹਾਂ ਕਿਲੇ ਦੇ ਦੂਸਰੇ ਪਾਸੇ, ਬਿਲਕੁਲ ਸਾਹਮਣੇ ਤੁਸੀਂ ਦੇਖ ਸਕਦੇ ਹਾਂ। ਚਲੋ ਹੁਣ ਚੱਲੀਏ, ਟਾਈਮ ਕਾਫੀ ਹੋ ਗਿਆ, ਹਨੇਰਾ ਹੋਣ ਲੱਗਾ ਆ, ਸਾਨੂੰ ਟਾਈਮ ਸਿਰ ਨਿਕਲਣਾ ਪੈਣਾ ਆ ਕਿਉਂਕਿ ਰਸਤੇ ਦੇ ਵਿੱਚ ਦਿੱਕਤ ਆ ਸਕਦੀ ਆ, ਕਿਉਂਕਿ ਰਸਤਾ ਅਸੀਂ ਬੜੀ ਮੁਸ਼ਕਲ ਨਾਲ ਆਏ ਸੀਗੇ ਟਰੈਕ ਕਰਕੇ ਇਸ ਕਿਲੇ ਤੱਕ ਪਹੁੰਚਣ ਲਈ। ਜਿੱਦਾਂ ਤੁਹਾਨੂੰ ਮੈਂ ਪਹਿਲਾਂ ਵੀ ਦੱਸਿਆ, ਰਸਤਾ ਆ ਬਣਾਉਣਾ ਪੈਂਦਾ ਆ, ਇਹਦੇ ਕਰਕੇ ਸਾਨੂੰ ਦਿੱਕਤ ਆ ਕਿ ਟਾਈਮ ਸਿਰ ਅਸੀਂ ਪਹੁੰਚ ਜਾਈਏ ਥੱਲੇ ਪਿੰਡ ਤੱਕ। ਹੁਣ ਕਰਦੇ ਹਾਂ ਵੀਡੀਓ ਦੀ ਸਮਾਪਤੀ, ਆਸ ਕਰਦੇ ਕਿ ਅੱਜ ਦੀ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਏਗੀ। ਹੁਣ ਤੁਸੀਂ ਇੰਤਜ਼ਾਰ ਕਰਿਓ ਨਵੀਂ ਵੀਡੀਓ ਦਾ, ਇਸ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ, ਕਿਉਂਕਿ ਤੁਸੀਂ ਦੇਖ ਲਿਆ ਇਸ ਕਿਲੇ ਤੱਕ ਅਸੀਂ ਕਿੱਦਾਂ ਪਹੁੰਚੇ ਹਾਂ। ਬਾਕੀ ਜਿਹੜੇ ਮੇਰੇ ਭਰਾ ਭੈਣ ਸਾਡੇ ਚੈਨਲ 'ਤੇ ਨਵੇਂ ਆਉਣ, ਉਹ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲੈਣ ਤਾਂ ਕਿ ਸਾਡੀਆਂ ਆਉਣ ਵਾਲੀਆਂ ਵੀਡੀਓ ਉਹਨਾਂ ਨੂੰ ਮਿਲ ਸਕਣ। ਚਲੋ ਹੁਣ ਚੱਲਦੇ ਹਾਂ, ਹਨੇਰਾ ਹੋਣਾ ਹੀ ਵਾਲਾ ਆ, ਰਸਤਾ ਸਾਨੂੰ ਲੱਭ ਲੱਭ ਕੇ ਵਾਪਸ ਜਾਣਾ ਪੈਣਾ ਆ। ਧੰਨਵਾਦ।